बस के कर्म कपा कभी दो श्लोकों विचों अगला मैंने
ਸਮੱਸਿਆ ਕਹਿੰਦਾ ਕਿ ਪਿਛਲੇ ਵਿਸਥਾਰ ਵਿੱਚ ਜ਼ਿਆਦਾ ਦੁਬਾਰਾ ਜਾਵਾਂ ਪਰ ਰਾਤ ਅਰਜ਼ ਕੀਤੀ ਸੀ ਵਿਸਥਾਰ ਕਰਦਿਆਂ ਸਮਾਂ ਹੋ ਗਿਆ ਬਾਬਾ ਕਬੀਰ ਜੀ ਨੇ ਦੋ ਸਲੋਕਾਂ ਵਿੱਚ ਪਹਿਲੇ ਸਲੋਕ ਵਿੱਚ ਤਾਂ ਤਿੰਨ ਤਰ੍ਹਾਂ ਦੀਆਂ ਪਰੇਸ਼ਾਨੀਆਂ ਵਿੱਚੋਂ ਪਹਿਲੀ ਪਰੇਸ਼ਾਨੀ ਨੂੰ ਵਿਸਥਾਰ ਨਾਲ ਬਿਆਨ ਕੀਤਾ ਤੇ ਦੂਜੇ ਸਲੋਕ ਵਿੱਚ ਉਸ ਪਰੇਸ਼ਾਨੀ ਨੂੰ ਹੋਰ ਕਲੀਅਰ ਕਰਨ ਲਈ ਦੋ ਦਾ ਨਾਮ ਲਿਆ ਸੰਖੇਪ ਵਿੱਚ ਕਿ ਪੰਡਿਤ ਨੇ ਬ੍ਰਾਹਮਣ ਨੇ ਜਿਹੜੀ ਚੀਜ਼ ਮਨੁੱਖ ਦੀ ਅਤ ਲੋੜੀ ਦੀ ਸੀ ਉਹਨੂੰ ਆਪਣੀ ਮੁੱਠੀ ਵਿੱਚ ਕਿਵੇਂ ਕੀਤਾ ਤੇ ਉਹਦੇ ਵਿੱਚ ਖਿਆਲ ਸੀ ਦੋ ਚੀਜ਼ਾਂ ਮੁੱਖ ਰੂਪ ਵਿੱਚ ਰੱਬ ਤੇ ਗੁਰੂ ਧਰਮ ਦੇ ਖੇਤਰ ਵਿੱਚ ਦੋ ਮੰਜ਼ਿਲਾਂ ਨੇ ਰੱਬ ਤੇ ਗੁਰੂ ਖਿਆਲ ਸੀ ਸ਼ਾਹ ਪਠਾਇਆ ਸ਼ਾਹ ਪਾਸ ਰੱਬ ਰਹਿਮਤ ਕਰੇ ਤਾਂ ਗੁਰੂ ਕੋਲ ਪਹੁੰਚਦਾ ਹੈ ਮਨੁੱਖ ਤੇ ਗੁਰੂ ਦੀ ਸਿੱਖਿਆ ਰਹਿਮਤ ਕਰੇ ਤਾਂ ਮਨੁੱਖ ਮੁੜ ਰੱਬ ਨਾਲ ਮਿਲਦਾ ਹੈ ਜੈ ਤੇ ਉਪ ਜੀ ਤੈ ਮੇਰੇ ਸੱਚੀ ਪੀਰ ਸਮਾਹੋ ਰੱਬ ਤੋਂ ਗੁਰੂ ਗੁਰੂ ਤੋਂ ਮੁੜ ਰੱਬ ਕੋਲ ਇਸ ਲਈ ਮਨੁੱਖੀ ਜੀਵਨ ਦੀਆਂ ਜਿਹੜੀਆਂ ਇਹ ਦੋ ਮੰਜ਼ਿਲਾਂ ਨੇ ਉਹਨਾਂ ਦੋਹਾਂ ਮੰਜ਼ਿਲਾਂ 'ਤੇ ਕਬਜ਼ਾ ਬ੍ਰਾਹਮਣ ਨੇ ਕੀਤਾ ਤਾਂ ਕਿ ਮਨੁੱਖਤਾ ਨੂੰ ਆਪਣੇ ਅਧੀਨ ਆਪਣਾ ਗੁਲਾਮ ਕਿਵੇਂ ਕੀਤਾ ਜਾ ਸਕੇ ਰੱਬ ਆਪਣੀ ਮਰਜ਼ੀ ਦਾ ਬਣਾ ਲਿਆ ਪੱਥਰ ਨੂੰ ਭਗਵਾਨ ਆਖਣ ਲੱਗ ਪਿਆ ਮਰਜ਼ੀ ਦਾ ਸ਼ਕਲ ਦਾ ਕਢਾ ਕੇ ਘਰ ਦੇ ਸਾਜੇ ਕੋਲੋਂ ਪੱਥਰ ਸਾਜ ਘਾੜੇ ਕੋਲੋਂ ਇੱਕ ਮੂਰਤੀ ਦੇ ਰੂਪ ਵਿੱਚ ਮੰਦਰ ਵਿੱਚ ਸਥਿਤ ਕੀਤਾ ਅਤੇ ਆਖਿਆ ਇਹ ਪਰਮੇਸ਼ਵਰ ਹੈ ਇਸ ਦੀ ਪੂਜਾ ਕਰ ਤੇ ਜੇ ਕੋਈ ਅਗਵਾਈ ਲੈਣੀ ਹੋਵੇ ਜੀਵਨ ਦੀ ਬ੍ਰਾਹਮਣ ਗੁਰੂ ਹੋਏ ਮੇਰੇ ਕੋਲੋਂ ਪੁੱਛ ਲੈ ਤੇਰਾ ਧਰਮ ਹੈ ਪੱਥਰ ਦੀ ਪੂਜਾ ਕਰਨਾ ਤੇ ਧਰਮ ਦੀ ਜਾਣਕਾਰੀ ਲੈਣ ਵਾਸਤੇ ਬ੍ਰਾਹਮਣ ਗੁਰੂ ਹੈ ਇਹ ਮਸਲਾ ਸੀ ਰਾਤ ਦਾ ਤੇ ਦੋਹਾਂ ਚੀਜ਼ਾਂ ਦੇ ਰਾਹੀਂ ਮਨੁੱਖ ਦੇ ਜੀਵਨ ਨੂੰ ਬਰਬਾਦ ਕੀਤਾ ਤੇ ਬਾਬਾ ਕਬੀਰ ਜੀ ਨੇ ਦੂਜੇ ਸਲੋਕ ਦੀ ਅਖੀਰਲੀ ਲਾਈਨ ਵਿੱਚ ਇਹ ਗੱਲ ਆਖੀ ਸੀ ਕਿ ਪੱਥਰ ਨੇ ਮਨੁੱਖ ਦੇ ਜੀਵਨ ਦਾ ਕੀਮਤੀ ਸਮਾਂ ਬਰਬਾਦ ਕਰ ਦਿੱਤਾ ਪਹਿਲਾ ਸਲੋਕ ਸੀ ਪਾਹਨ ਪਰਮੇਸ਼ਰ ਕੀ ਆ ਪੂਜੇ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਧਾਰ ਤੇ ਦੂਜੇ ਸਲੋਕ ਦੀ ਅਖੀਰਲੀ ਲਾਈਨ ਵਿੱਚ ਇੱਕ ਲਫ਼ਜ਼ ਸਨ ਸਪਸ਼ਟ ਉਹ ਸੀ ਪਾਹਨ ਬੋੜੀ ਪ੍ਰਥਮੇ ਡੁੱਬ ਦਿੱਤੀ ਪਾਹਨ ਨੇ ਜਿਹੜਾ ਪਰਮੇਸ਼ਰ ਬਣ ਬੈਠਾ ਉਹਨੇ ਪ੍ਰਥਮੀ ਸ੍ਰਿਸ਼ਟੀ ਡੋਬ ਦਿੱਤੀ ਤੇ ਪੰਡਿਤ ਪਾਲੀ ਬਾਟ ਜਿਹੜਾ ਗੁਰੂ ਬਣ ਬੈਠਾ ਸੀ ਉਹਨੇ ਮਨੁੱਖ ਦੇ ਜੀਵਨ ਦਾ ਸਾਰਾ ਸਫ਼ਰ ਹੀ ਤੈਸ਼ ਨੈਸ਼ ਕਰ ਦਿੱਤਾ
मसला जिहड़ा है जिस तों मैं अग्गे तुरना चाहना, एक लफज दरमियान विचों रात छड्डे सन सवेर दे विचार वास्ते, तो वो भी लंबे सन विचार। जे पाहन ने पृथ्वी नूं डुबिया ते बार बार गुरु ने एक गल समझाई भी पाहन नूं पत्थर नूं क्यों पूजना, जो पाथर को कहते देव ताकि निफल होई सेव, जो पाथर की पाई पाए तिसकी काल अजाई। फिर लोग क्यों पूजते ने, कोई अज थोड़ो पूजन लगे ने। ब्राह्मण जे ओ कुराहे पांदा तेरे जीवन दा रस्ता मंजिल दूर ले जांदा है, ते अज भी ब्राह्मणिज्म संसार अंदर उन्हें सफल चल रहा है। गिनती विच ओ लोग ज्यादा ने जो ब्राह्मणिज्म दे हुक्म भी चल दे। आखिर क्यों? क्योंकि ये लफ्ज क्लियर हो गए, पाहन बोड़ी पृथ्वी पंडित पाड़ी बाट। लो इस गल का जवाब इसकी पहली अद्धी लाइन विच सी जिन्हों मैं अज तुहाडे नाल साझा कर रहा। वो लफ्ज सन नास्तिक ना हो जान, मेरे तो दूर ना हो जान। उन्हें मनुखता नू एक कैद कर लिया, जेल विच पा लिया। ओवरी दा मतलब होंदा है जेल। मैं दोहरा लिया, ओवरी दा अर्थ है जेल। और केड़ी अजीब घटना है, जेल है कि इन्हू अपना अज विस्तार नाल समझना। दुनिया कंक्रीट दियां दीवारां नाल जेल बना दी, कंक्रीट दियां दीवारां नाल। शरिया ते होर बहुत सारा फलाम शक्तिशाली मटीरियल नाल जेलां बनदियां ने, ते फिर एनी मजबूत जेल बनाने तो बाद भी बड़े होशियार ते मजबूत इरादे वाले, मजबूत तन वाले, मजबूत मन वाले संतरी पहरेदार उस जेल के दरवाजे ते खड़े कीते जांदे ने, ते बड़े सेंसिटिव हथियार उन्हां दे हाथ विच दिते जांदे ने। क्यों? क्योंकि इस जेल विचों कोई कैदी जेल तोड़ के भज ना जाए। लो इत्थे रुकना चाहना, क्योंकि लोग जेल तो भजदे। जेल भी दो तरह दी, मैं फिर दोहरा दिया गल विचों गल पूरी कर। एक जेल वो है जिहड़ी इन्नी मजबूत होने के बावजूद भी कैदी जेल तो भज गए ने। एक जेल वो है जिन्हों पिंजरा आखते हैं, उनके विच पाए हुए पंछी भजदे नहीं। क्यों? क्योंकि उस जेल विच पाए हुए पंछियों नू दाने ते उनके चोगे ते हिलाया जाता है, उनके द्वारे जिहड़ा पिंजरा जाल है ना, उनके विच पाउण तो पहला उनके सामने चोगा सुकिया जाता है। गुरु ने भी बाणी चल के कहने लगे, जाल पसार चोग बिस्थारी, जाल पसार चोग बिस्थारी, पंखी ज्यों पहावत
ਤੋਂ ਵੀ ਕੈਦ ਭਾਈ ਵਿੱਚ ਫਸਣਾ ਕੈਦ ਵਿੱਚ ਫਸਣਾ ਪਰ ਪੰਖੀ ਨੂੰ ਜਿਹਨੇ ਫਾਈ ਵਿੱਚ ਜਾਲ ਵਿੱਚ ਪਿੰਜਰੇ ਵਿੱਚ ਪਾਇਆ ਨਾ ਉਹਨੇ ਉਹਦੇ ਸਾਹਮਣੇ ਚੋਗ ਵਿਸਥਾਰ ਦਿੱਤੀ ਤੇ ਚੋਗ ਦੇ ਲਾਲਚ ਵਿੱਚ ਉਹ ਪੰਖੀ ਫਸਿਆ ਤੇ ਖੁਸ਼ੀ ਨਾਲ ਫਸਿਆ ਚੋਗ ਦੇ ਲਾਲਚ ਵਿੱਚ ਉਹ ਪਿੰਜਰੇ ਵਿੱਚ ਬੈਠਾ ਤੇ ਖੁਸ਼ੀ ਨਾਲ ਬੈਠਾ ਹੈ ਮੈਂ ਐਸੇ ਪੰਛੀ ਵੀ ਦੇਖੇ ਜਿਨ੍ਹਾਂ ਨੂੰ ਬਾਹਰ ਕੱਢ ਦਿਓ ਮੁੜ ਕੇ ਫਿਰ ਆਪਣੇ ਆਪ ਪਿੰਜਰੇ ਵਿੱਚ ਆ ਜਾਂਦੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਚੋਗੇ ਦਾ ਲਾਲਚ ਹੈ ਪਰ ਜਿਹਨੇ ਚੋਗ ਪਾਈ ਹੈ ਉਹਨੇ ਕੋਈ ਖੁਸ਼ੀ ਨਾਲ ਉਹਨਾਂ ਨੂੰ ਚੋਗਾ ਆਹਾਰ ਦੇਣ ਲਈ ਨਹੀਂ ਪਾਈ ਪਿੰਜਰੇ ਵਿੱਚ ਰੱਖਣ ਲਈ ਪਾਈ ਹੈ ਉਹ ਚਾਹੁੰਦਾ ਵੀ ਇਹ ਪੰਛੀ ਕਿਤੇ ਮੇਰੇ ਪਿੰਜਰੇ ਤੋਂ ਦੌੜ ਨਾ ਚਾਹੇ ਇੱਕ ਉਹ ਚੀਜ਼ ਹੈ ਜਿਹੜੀ ਖੁਸ਼ੀ ਖੁਸ਼ੀ ਕਬੂਲੀ ਜਾਂਦੀ ਇੱਕ ਉਹ ਜੇਲ ਹੈ ਜਿਹੜੀ ਇਹ ਸਾਬਤ ਕਰਦੀ ਇਸਨੇ ਕੋਈ ਗੁਨਾ ਪਾਪ ਕੀਤਾ ਅਦਾਲਤ ਵਿੱਚ ਇਸਨੂੰ ਸਜ਼ਾ ਹੋਈ ਹੈ ਉਸ ਪਾਪ ਦੇ ਬਦਲੇ ਵਿੱਚ ਇਹ ਜੇਲ ਪਿਆ ਭੁਗਤਦਾ ਹੈ ਉਸ ਜੇਲ ਵਿੱਚੋਂ ਉਹ ਮਨੁੱਖ ਦੌੜਨਾ ਚਾਹੁੰਦਾ ਜੇਲ ਮਜ਼ਬੂਤ ਹੈ ਦੌੜਿਆ ਨਹੀਂ ਚਾਹੁੰਦਾ ਲੋ ਸੋਚਣਾ ਮੈਂ ਵਿਸਥਾਰ ਵਿੱਚ ਇਸ ਲਈ ਇਹ ਟੌਪਿਕ ਤੀਜਾ ਰੱਖ ਲਿਆ ਸੀ ਕਿਉਂਕਿ ਇਹਦੀ ਜ਼ਿਆਦਾ ਵਿਸਥਾਰ ਦੀ ਲੋੜ ਸੀ ਉੱਥੋਂ ਦੌੜਨਾ ਚਾਹੁੰਦੇ ਦੌੜਿਆ ਨਹੀਂ ਚਾਹੁੰਦਾ ਕਿਉਂਕਿ ਪਾਪ ਦਾ ਬਣਿਆ ਹੋਇਆ ਹੈ ਅਦਾਲਤੀ ਫੈਸਲੇ ਦਾ ਬਣਿਆ ਹੋਇਆ ਹੈ ਕਹਿੰਦੇ ਨੇ ਬ੍ਰਾਹਮਣ ਨੇ ਸਾਰੇ ਸੰਸਾਰ ਨੂੰ ਆਪਣੀ ਉਮਤ ਨੂੰ ਕੈਦ ਵਿੱਚ ਰੱਖਣ ਲਈ ਆਪਣਾ ਗੁਲਾਮ ਬਣਾ ਕੇ ਰੱਖਣ ਲਈ ਇੱਕ ਜੇਲ ਬਣਾ ਦਿੱਤੀ ਤਾਂ ਕਿ ਇੱਥੋਂ ਕੋਈ ਬਚੇ ਨਾ ਤੇ ਕਿਹੜੀ ਅਜੀਬ ਗੱਲ ਹੈ ਉਹਨੂੰ ਜਿਹੜੀ ਜੇਲ ਬੜਾ ਹੁਸ਼ਿਆਰ ਸੀ ਬੜਾ ਦਿਮਾਗ ਨਾਲ ਰੱਖਿਆ ਸੀ ਉਹਨੂੰ ਇਹ ਜੇਲ ਬਣਾਉਣ ਲਈ ਬਹੁਤ ਮਜ਼ਬੂਤ ਤੇ ਚੰਗੇ ਮਟੀਰੀਅਲ ਦੀ ਲੋੜ ਨਹੀਂ ਸੀ ਉਹਨੇ ਕਿੱਦੀ ਬਣਾਈ ਕਾਗਜ਼ ਦੀ ਬਾਬਾ ਕਬੀਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜੇ ਕੋਈ ਸ਼ਬਦਾਵਲੀ ਵਰਤ ਕੇ ਇਸ ਨੂੰ ਕਲੀਅਰ ਕੀਤਾ ਤੇ ਉਹ ਵੀ ਸਮਝਣ ਵਾਲੀ ਹੈ ਕੰਕਰੀਟ ਦੀ ਜੇਲ ਨਹੀਂ ਬਣਾਈ ਮਜ਼ਬੂਤ ਦੀਵਾਰਾਂ ਨਹੀਂ ਬਣਾਈਆਂ ਕਾਗਜ਼ ਦੀ ਜੇਲ ਬਣਾ ਕਾਗਜ਼ ਦੀ ਜੇਲ ਹੈ ਕਾਗਜ਼ ਦੀ ਜੇਲ ਵਿੱਚੋਂ ਕੋਈ ਨਿਕਲ ਹੀ ਨਹੀਂ ਰਿਹਾ ਕੰਕਰੀਟ ਦੀ ਜੇਲ ਵਿੱਚ ਤੋੜ ਕੇ ਕੈਦੀ ਭੱਜ ਜਾਂਦੇ ਨੇ ਉੱਥੇ ਚਲੇ ਜਾਂਦੇ ਨੇ ਉੱਥੇ ਉਹਨਾਂ ਦੀ ਰਾਖੀ ਕਰਨੀ ਪੈਂਦੀ ਕੋਈ ਕੈਦੀ ਚੱਲ ਨਾ ਜਾਏ ਪਰ ਕਿਸੇ ਕਾਗਜ਼ ਦੀ ਜੇਲ ਹੈ ਤੇ ਉਹਦੇ ਦਰਵਾਜ਼ੇ ਉਹ ਮਸ ਮਸ ਕਹਿੰਦੇ ਨੇ ਸਿਆਹੀ ਨੂੰ ਮਸ ਕਹਿੰਦੇ ਨੇ ਸਿਆਹੀ ਨੂੰ ਕਾਗਜ਼ ਦੀ ਜੇਲ ਦੇ ਦਰਵਾਜ਼ੇ ਜਿਹੜੇ ਨੇ ਉਹ ਮਸ ਨਾਲ ਲਿਖੇ ਹੋਏ ਕਰਮਾਂ ਦੇ ਬਣਾ ਦਿੱਤੇ ਮਸ ਨਾਲ ਲਿਖੇ ਹੋਏ ਕਰਮਾਂ ਦੇ ਜੇਲ ਹੁਣ ਦੁਬਾਰਾ ਉਹ ਤੁਕ ਪੜ੍ਹ ਲਿਓ ਮਸ ਦੇ ਨਾਲ ਲਿਖ ਕੇ ਉਹ ਕਰਮ ਕਪਾਟ ਦਾ ਰੂਪ ਵਿੱਚ ਕਾਗਜ਼ ਦੀ ਓਬਰੀ ਨੂੰ ਲਗਾ ਦਿੱਤੇ ਗਏ ਕਹਿੰਦਾ ਜ਼ਿਕਰ ਉਹਦਾ ਮੈਨੂਅਲ ਵੀ ਬਣਾ ਦਿੱਤਾ ਹਜੇ ਉਹਦਾ ਇਹਦੇ ਵਿੱਚ ਵੀ ਮੈਨੂਅਲ ਹੈ
ਸਤਿਗੁਰ ਦੀ ਬਾਣੀ ਅੰਦਰ ਕਿਸ ਗੱਲ ਨੂੰ ਛੁਪਾ ਕੇ ਨਹੀਂ ਰੱਖਿਆ, ਕਹਿਣ ਲੱਗੇ ਵੇਦ ਪੁਕਾਰੇ ਪੁੰਨ ਪਾਪ ਮੈਨੂੰ ਉਹ ਕਾਗਜ਼ ਦੀ ਉਪਰੀ ਕੀ ਸੀ ਵੇਦ ਸ਼ਾਸਤਰ ਸਿਮਰਤੀਆਂ ਇਹ ਜੇਲ ਹੈ ਕਿਉਂਕਿ ਮਨੁੱਖ ਜਿਹੜਾ ਸਿਮਰਤੀਆਂ ਦੇ ਸ਼ਾਸਤਰਾਂ ਦੇ ਉਸ ਘੇਰੇ ਤੋਂ ਬਾਹਰ ਨਿਕਲੇਗਾ ਹਿੰਦੂ ਨਹੀਂ ਰਹੇਗਾ। ਇਹ ਦਿਮਾਗ ਚ ਬਿਠਾ ਦਿੱਤਾ, ਹੁਣ ਉੱਥੇ ਖੁਸ਼ੀ ਖੁਸ਼ੀ ਬੈਠਾ ਆਪਕੇ। ਬਾਬਾ ਕਵੀਰ ਜੀ ਦਾ ਇਸ ਸੰਬੰਧੀ ਇੱਕ ਸ਼ਬਦ ਨਹੀਂ ਅਨੇਕਾਂ ਨੇ ਕਹਿੰਦੇ ਨੇ ਵੇਦ ਕੀ ਪੁੱਤਰੀ ਵੇਦਾਂ ਦੀ ਧੀ ਸਿਮਰਤੀ ਮਨੂ ਸਿਮਰਤੀ ਵੇਦ ਕੀ ਪੁੱਤਰੀ ਸਿਮਰਤ ਬਾਈ ਸ਼ੰਕਰ ਜੇਵਰੀ ਲੈ ਹੈ ਆਈ ਬੜੇ ਵੱਡੇ ਵੱਡੇ ਸੰਗਲ ਲੈ ਕੇ ਰੱਸੀਆਂ ਲੈ ਕੇ ਆ ਪਹੁੰਚੀ। ਕਿਸੇ ਨੂੰ ਕੈਦ ਕਰਨਾ ਹੋਵੇ ਤਾਂ ਹੱਥ ਕੜੀਆਂ ਤੇ ਲਿਆਉਣੀਆਂ ਪੈਂਦੀਆਂ ਨੇ ਨਾ, ਪੁਲਿਸ ਵਾਲਿਆਂ ਦੇ ਹੱਥ ਚ ਕੀ ਹੁੰਦਾ ਹੱਥ ਕੜੀ। ਸਿਮਰਤੀਆਂ ਦੀ ਡਿਊਟੀ ਲੱਗੀ, ਤੁਸੀਂ ਸੰਸਾਰ ਨੂੰ ਐਸੇ ਕਰਮਾਂ ਦੇ ਬੰਧਨ ਵਿੱਚ ਬੰਧ ਕੇ ਲਿਆਓ ਕਿ ਉਹ ਨਿਕਲ ਨਾ ਸਕਣ। ਲਓ ਕੈਸਾ ਖਿਆਲ ਦੇ ਰਹੇ ਨੇ ਇਸ ਅੱਧੀ ਲਾਈਨ ਵਿੱਚ ਕਿ ਉਹ ਬ੍ਰਾਹਮਣ ਨੇ ਕੈਸਾ ਨਿਜ਼ਾਮ ਪੈਦਾ ਕੀਤਾ ਹੈ। ਸ਼ੰਕਰ ਜੇਵਰੀ ਸੰਗਲ ਤੇ ਰਸੀਆਂ ਲੈ ਹੈ ਆਈ ਆਪਣ ਨਗਰ ਆਪ ਤੇ ਬਾਂਧਿਆ। ਜਿਹੜੇ ਉਹਦੇ ਨੇੜੇ ਸਨ ਭਾਵ ਜਿਹੜੇ ਉਹਨੂੰ ਮੰਨਣ ਵਾਲੇ ਸਨ ਉਹਨੇ ਆਪਣੇ ਨਗਰ ਦੇ ਲੋਕਾਂ ਨੂੰ ਉਸੇ ਜੇਵਰੀ ਨਾਲ ਉਹਨਾਂ ਸੰਗਲਾਂ ਨਾਲ ਬੰਨ ਲਿਆ। ਬੰਨਿਆ ਕਿਵੇਂ? ਸਤਿਗੁਰ ਨੇ ਬਾਣੀ ਵਿੱਚ ਬੜੀ ਖੂਬਸੂਰਤ ਗੱਲ ਆਖੀ, ਕਹਿੰਦੇ ਨੇ ਵੇਦ ਸ਼ਾਸਤਰ ਵੇਦ ਬਤੈ ਖੜੋ ਭਾਈ। ਬਤੈ ਦਾ ਮਤਲਬ ਹੁੰਦਾ ਬੋਲਣਾ ਬਕਣਾ। ਸ਼ਾਸਤਰ ਤੇ ਵੇਦ ਖਲੋਤੇ ਬਕ ਰਹੇ ਨੇ ਭਾਵ ਬੋਲ ਰਹੇ ਨੇ। ਕਰਮ ਕਰੋ ਸੰਸਾਰੀ, ਉਹ ਕਹਿੰਦੇ ਨੇ ਕਰਮ ਕਰੋ, ਤੁਸੀਂ ਤੇ ਕਰਮਾਂ ਦੇ ਵੰਡੇ ਹੋਏ ਹੋ। ਸਤਿਗੁਰ ਨੇ ਬਾਣੀ ਅੰਦਰ ਹੀ ਗੱਲ ਆਖੀ, ਬਾਰ ਬਾਰ ਕਹਿਣ ਲੱਗੇ ਪਾਪ ਪੁੰਨ ਜਗ ਜਾਇਆ ਭਾਈ। ਮਾਨੋ ਸੰਸਾਰ ਜਿਹੜਾ ਉਹ ਪਾਪ ਪੁੰਨ ਵਿੱਚੋਂ ਹੀ ਪੈਦਾ ਹੋਇਆ ਹੈ। ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਸਿਰਫ ਪਾਪਾਂ ਤੇ ਪੁੰਨਾਂ ਦੀ ਵਿਚਾਰ। ਮਨੁੱਖ ਨੂੰ ਇਹ ਸਮਝਾਉਣਾ ਜੇ ਪੁੰਨ ਕਰੇਗਾ ਤਾਂ ਸਵਰਗ ਮਿਲੇਗਾ, ਜੇ ਪਾਪ ਕਰੇਗਾ ਨਰਕ ਵਿੱਚ ਪਵੇਗਾ। ਬਸ ਇੰਨੀ ਗੱਲ। ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਜੂ ਬੀਜੂ ਕਹਿੰਦੇ ਨੇ ਬੀਜ ਨੂੰ ਬੀ ਅਖੇ ਸੁਰਗ ਨਰਕ ਦਾ ਬੀਜ ਕੀ ਹੈ? ਪਾਪ ਤੇ ਪੁੰਨ। ਜੇ ਪਾਪ ਕਰੇਗਾ ਉਹਦੇ ਵਿੱਚੋਂ ਉਸ ਬੀਜ ਵਿੱਚੋਂ ਨਰਕ ਮਿਲੇਗਾ, ਨਰਕ ਪੈਦਾ ਹੋਵੇਗਾ। ਜੇ ਪੁੰਨ ਕਰੇਗਾ ਉਹਦੇ ਵਿੱਚੋਂ ਸਵਰਗ ਪੈਦਾ ਹੋਵੇਗਾ। ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਜੋ ਜੈਸਾ ਬੀਜੈ ਉਗਵੈ ਖਾਂਦਾ ਜਾਣੇ ਜੀਉ। ਐਸਾ ਸਵਾਲ ਖੜਾ ਕਰ ਦਿੱਤਾ। ਹੁਣ ਕਿਹੜੀ ਅਜੀਬ ਘਟਨਾ ਹੈ, ਪਾਪ ਤੇ ਪੁੰਨ ਤਾਂ ਕਹਿ ਦਿੱਤਾ, ਇਹ ਕਹਿ ਦਿੱਤਾ ਪਾਪ ਕਰੇਗਾ ਨਰਕ ਮਿਲੇਗਾ, ਪੁੰਨ ਕਰੇਗਾ
स्वर्ग मिलेगा। पर भलिया ये भी तो दस पाप केड़ा पुण केड़ा ये भी दसिया उन्हें अपने हाथ च रख लिया। हम उनके को पुछो जी पुण केड़ा, वो कहता अस दान गज दान सहजा नारी भूम दान आ तीर्थां ते आ उत्थे घोड़े दान कर हाथी दान कर पलंगां समेत अपनिया औरतां दान कर धरती दान कर ये पुण है ये नहीं आख्या ये समझाया नहीं और हुंदा रहा। असीं देख रहे हैं जदों हिस्ट्री पढ़ने हैं हिंदुस्तान की तो उत्थे ओ की अज तक ये कुछ हो रहा है। बल्कि बाबा कबीर जी का ही एक लफज है रात भी ये लफज आए सन कि सवाल बाबा कबीर जी ने खड़े किए ने हर भी नहीं खड़े कर सके अज असी भी नहीं खड़े कर सकते। तो उनके एक सवाल है कहते हैं जे पति चला जाए ते औरत नूं उसे चिखा विच बिठा दियो सती कर दियो अज भी कोरे पर भावें उनका दिल करे ना अंदरों उनका पप्पा अपने पति नाल प्यार होवे ना होवे उनका विछोड़े तो वह असह होवे ना होवे हो सकता है वह उड़ीक कर दी लोड़ दी होवे कदों पति जावे मैं आजाद होना तू अपने नियम क्योंकि तेरे नियम तो बाहर नहीं निकल सकते को कह रहे लफज गुरु ने हमें नहीं किया हमारा चगरा रहा ना कहो पंडित मुल्ला छाड़े तो क्यों क्योंकि तुर्क त्रिकत जानी है दोवां ने अपने अपने ढंग नाल अपनी उम्मत नूं कैद करन लई कोई जेल बनाई उन्हें शरा बना ले जिहड़ा शरा छड्डे वह मुसलमान नहीं मुसलमान लई शरा दे विच रहना जरूरी उहदे हस्से कैद है। ते हिंदू ने मन नूं स्मृति बना ली वेद बना ले उन्हें भी आख्या भी जेड़ा मनु स्मृति दे हुक्म तो बाहर आवेगा वह हिंदू नहीं होगा वह भी कैद है दोवें पासे कैद है। तुरत तरीकत जानी है हिंदू वेद पुराण दोवें ते बाबा कबीर कहने लगे पंडित मुल्ला छाड़े दो मैं दोवें नूं छाड़ दिता क्योंकि मैं कैद नहीं रहना चाहता दिखता है मैं कैद नहीं रहना चाहता और कैद भी ओ जिंदे विच मेरा कैद रहने का कोई रीजन कोई सार कारण दसिया जाए समझाया जाए क्यों केड़ा पाप कीता मैं कैद रहा है साजिब तो है जे सोचने वाली गल है सिमरती की कैद विच हिंदू कैद है बाबा कबीर जी के कहने मुताबक जे शरा विच मुसलमान कैद है तो फिर रहत मर्यादा विच सिख कैद नहीं ये भी तो कागज की उभरी है मसला तो कागज की उभरी है एक कागज की बनाई हुई एक जेल है जिंदे ते शाही नाल दरवाजे लिखे गए ने इंदे तो बाहर कोई नहीं आ सकता वो मुसलमान ने बनाई है वो हिंदू ने बनाई है सिख ने बनाई है एक
ख्याल दिता बाबा कबीर जी ने बड़ा स्पष्ट होके कहन लगे सिमरती ते शरण छड़ रहा मैं वो कागज दी ओबरी भी चली जाना चाहता अगली लाइन अंदर स्पष्ट कर देता कह लगे पंडित मुल्ला जो लिख दिया वो कागज की ओबरी है और सानू भी ये पढ़ा दिता गया कि अखंड पाठ करवाना है कोई सुने ना सुने ये नहीं समझाया गया कि बाणी किस तरह पढ़ने बाणी किस तरह समझे करोना और ब्रह्मनिधम किस किस ढंग नाल मनुख दे अंदर से गुरु साहब ने अपने तो कही सी बिन सत सती हो कैसे नार जे उंदे हृदय विच सच्चाई सच्चा प्यार नहीं ते काली सती है सतियां ये ना आखिए बाणी है ਮੜਿਆ ਲੱਗ ਚਲਣ ਜਿਹੜੇ ਮੜਿਆ ਲੱਕੜਾਂ ਨਾਲ ਲੱਕੜਾਂ ਦੀ ਚਿਖਾ ਵਿੱਚ ਜਲ ਕੇ ਮਰ ਜਾਣ ਉਹਨਾਂ ਨੂੰ ਸਤੀਆਂ ਆਖਦੇ ਨੇ ਸਤੀਆਂ ਇਹ ਨਾ ਆਖੀਏ ਮੜਿਆ ਲੱਗ ਚਲਣ ਸਤੀਆਂ ਸਹੀ ਨਾਨਕਾ ਜੇ ਬਿਰਹ ਚੋਟ ਮਰਨ ਉਹ ਵਿਛੋੜੇ ਦੇ ਨੂੰ ਅਸਹਿ ਸਮਝ ਕੇ ਉਸ ਬਿਰਹਾ ਨਾਲ ਵਿਛੋੜੇ ਦੇ ਦੁੱਖ ਨਾਲ ਆਪਣਾ ਜੀਵਨ ਤਿਆਗ ਦੇਣ ਉਹ ਸਤੀ ਹੈ ਕਿ ਉਹਨਾਂ ਨੂੰ ਫੜ ਕੇ ਚਿਖਾ ਤੇ ਬਿਠਾ ਦਿੱਤਾ ਜਾਏ ਉਹ ਸਤੀਆਂ ਨੇ ਉਹ ਤਾਂ ਕਹਿ ਲੈ ਉਹ ਅੱਜ ਵੀ ਹੈ ਪਰ ਉਹ ਕੈਦ ਕਿਉਂ ਹੈ ਕਿਉਂਕਿ ਬ੍ਰਾਹਮਣ ਨੇ ਉਹ ਕੈਦ ਖਾਨਾ ਬਣਾ ਦਿੱਤਾ ਹੈ ਦੇਖਣਾ ਹੈ ਅਖੰਡ ਪਾਠ ਕਰਾਉਣਾ ਸਾਡੇ ਵਿੱਚ ਵੀ ਇਹ ਚੀਜ਼ ਹੈ ਕਿ ਅਜਾ ਜਦੋਂ ਆਉਂਦੇ ਨੇ ਨਾ ਸ਼ਰਧਾ ਦੇ ਦਿਨ ਤੇ ਉਦੋਂ ਸ਼ਰਧਾ ਦੇ ਦਿਨ ਅੰਦਰ ਇਹ ਨਹੀਂ ਵੀ ਬ੍ਰਾਹਮਣ ਦੇ ਚੇਲੇ ਜਾਂ ਬ੍ਰਾਹਮਣ ਨੂੰ ਮੰਨਣ ਵਾਲੇ ਹੀ ਖਵਾਉਂਦੇ ਨੇ ਸਾਡੇ ਵੀ ਸ਼ਰਧ ਬਣਾਏ ਜਾਂਦੇ ਨੇ ਤੇ ਇਹ ਸਿੱਖਿਆ ਦਿੱਤੀ ਜਾਂਦੀ ਆ ਜਦੋਂ ਭੁੱਖ ਪੈਂਦਾ ਅਸੀਂ ਜਾ ਕੇ ਕੀ ਦੇਖਦੇ ਹਾਂ ਉੱਥੇ ਮੰਜਾ ਰੱਖ ਦਿਓ ਬਿਸਤਰਾ ਰੱਖ ਦਿਓ ਕੱਪੜੇ ਰੱਖ ਕਿਉਂ ਕਿਉਂਕਿ ਸਾਡੇ ਦਿਮਾਗ ਵਿੱਚ ਵੀ ਇਹ ਵਾੜ ਦਿੱਤਾ ਗਿਆ ਕਿ ਜੋ ਕੁਝ ਇੱਥੇ ਤੁਸੀਂ ਦਾਨ ਕਰਦੇ ਹੋ ਉਹ ਅੱਗੇ ਉਹਨੂੰ ਮਿਲਦਾ ਹੈ ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ ਤੇ ਕਹਿਣ ਲੱਗੇ ਜੇ ਮੋਹਾਕਾ ਘਰ ਮੋਹੇ ਘਰ ਮੋਹੇ ਪਿਤਰੀ ਦੇ ਅੱਗੇ ਵਰਸ ਜਾਣੇ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਪਰ ਸਾਡੇ ਦਿਮਾਗਾਂ ਵਿੱਚ ਵੀ ਬਿਠਾ ਦਿੱਤਾ ਗਿਆ ਅਸੀਂ ਵੀ ਸਭ ਕੁਝ ਦਾਨ ਕਰਨੇ ਹਾਂ ਪੁੰਨ ਤੇ ਪਾਪ ਦੋ ਇੱਕ ਐਸੇ ਢੰਗ ਬਣਾ ਦਿੱਤੇ ਗਏ ਜਿਹਨੂੰ ਸਮਝਾਉਣ ਦੀ ਲੋੜ ਨਹੀਂ ਪੁੰਨ ਕੀ ਹੈ ਪਾਪ ਕੀ ਹੈ ਸਿਰਫ ਲਿਖ ਕੇ ਦਿੱਤਾ ਕਿ ਪੁੰਨ ਕਰਨ ਵਾਲਾ ਜਿਹੜਾ ਉਹ ਸਵਰਗ ਵਿੱਚ ਜਾਂਦਾ ਪਾਪ ਕਰਨ ਵਾਲਾ ਜਿਹੜਾ ਹੈ ਉਹ ਨਰਕ ਵਿੱਚ ਜਾਂਦਾ ਹੈ ਡਰਾਵੇ ਤੇ ਲਾਲਚ ਨਾਲ ਉਸ ਪੰਛੀ ਨੂੰ ਕੈਦ ਵਿੱਚ ਰੱਖਿਆ ਔਰ ਅਜੀਬ ਗੱਲ ਹੈ ਸਦੀਆਂ ਬੀਤ ਗਈਆਂ ਨੇ ਮਨੁੱਖ ਉਸ ਕੈਦ ਵਿੱਚ ਕੋਈ ਬ੍ਰਾਹਮਣ ਦੀ ਕੈਦ ਵਿੱਚ ਹੈ ਕੋਈ ਮੁੱਲਾਂ ਦੀ ਕੈਦ ਵਿੱਚ ਹੈ ਕੋਈ ਕੇਸਧਾਰੀ ਤੇ ਕਿਰਪਾਨ ਧਾਰੀ ਬ੍ਰਾਹਮਣਾਂ ਦੀ ਕੈਦ ਵਿੱਚ ਨੇ ਅੱਜ ਅਸੀਂ ਵੀ ਬੈਠੇ ਹਾਂ ਅਸੀਂ ਕਦੇ ਸਵਾਲ ਕੀਤਾ ਕਦੀ ਮਨ ਵਿੱਚ ਵਿਚਾਰ ਆਇਆ ਵੀ ਇਸ ਬ੍ਰਾਹਮਣ ਨੇ ਰਹਿਤ ਮਰਿਆਦਾ ਵਿੱਚ ਜੇ ਇਹ ਲਿਖ ਦਿੱਤਾ ਹੈ ਕਿ ਕਿਸੇ ਸਿੱਖ ਨੇ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ ਬੇਸ਼ੱਕ ਪੜ੍ਹ ਕੇ ਦੇਖ ਲਓ ਲਿਖਿਆ ਸਾਡਾ ਰਾਜਕ ਸਾਡਾ ਮਾਲਿਕ ਕੇਵਲ ਅਕਾਲ ਪੁਰਖ ਹੈ ਲਿਖਿਆ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਪੋਥੀ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਲਿਖਿਆ ਹੈ। ਪਰ ਸਭ ਕੁਝ ਹੋ ਰਿਹਾ ਹੈ। ਅਜੇ ਕਿਸੇ ਨੇ ਸਵਾਲ ਖੜਾ ਕੀਤਾ, ਬਾਬਾ ਕਬੀਰ ਜੀ ਦੀ ਬਾਣੀ ਅਸੀਂ ਪੜ੍ਹ ਰਹੇ, ਮੱਥਾ ਟੇਕ ਰਹੇ, ਕਿਉਂ ਨਹੀਂ ਸਵਾਲ ਪੈਦਾ ਹੋਇਆ? ਉਹਦਾ ਕਾਰਨ ਕਿਉਂਕਿ ਸਾਨੂੰ ਉਸ ਕੇਸਾਧਾਰੀ ਬ੍ਰਾਹਮਣ ਨੇ ਰਹਿਤ ਮਰਿਆਦਾ ਦੀ ਉਹ ਸਿਮਰਤੀ ਅੱਗੇ ਕਰ ਦੇਣੀ, ਜੇ ਕੋਈ ਪੁੱਛੇ ਵੱਡੀ ਲਹਿ ਕੇ ਹੱਕ ਗਵਾਏ। ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਕਾਜ਼ੀ ਦੀ ਕੀ ਹਾਲਤ ਹੈ, ਵੱਡੀ ਲੈ ਕੇ ਹੱਕ ਗਵਾਏ, ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ। ਆਹ ਦੇਖ ਲਓ ਮਰਿਆਦਾ ਵਿੱਚ ਲਿਖਿਆ ਹੋਇਆ, ਦੇਖ ਲਓ ਮਰਿਆਦਾ। ਬਸ ਅਸੀਂ ਚੁੱਪ। ਤੇ ਜਿਹੜਾ ਮਨੁੱਖ ਰਾਤ ਵੀ ਲਫ਼ਜ਼ ਸਨ, ਜਿਹੜੇ ਗੂੰਗੇ ਅੰਧ ਅੰਧਾਰ, ਜਿਹੜਾ ਅੰਧਲਾ ਵੀ ਹੋ ਜਾਏ, ਗੂੰਗਾ ਵੀ ਹੋ ਜਾਏ, ਉਹ ਕਦੀ ਪਰਿਵਰਤਨ ਨਹੀਂ ਲਿਆ ਸਕਦਾ, ਉੱਥੇ ਕਦੀ ਇਨਕਲਾਬ ਨਹੀਂ ਆ ਸਕਦਾ, ਉੱਥੇ ਕਦੀ ਸੁਧਾਰ ਨਹੀਂ ਹੋ ਸਕਦਾ, ਜਿੱਥੇ ਲੋਕ ਅੰਧੇ ਤੇ ਗੂੰਗੇ ਬਣ ਕੇ ਬੈਠੇ ਹੋ। ਪਰ ਬਾਬਾ ਕਬੀਰ ਕਹਿੰਦਾ, ਮੈਂ ਅੰਧਾ ਗੂੰਗਾ ਨਹੀਂ ਬਣਨਾ, ਮੈਂ ਤੇ ਜੋ ਕੁਝ ਉੱਥੇ ਲਿਖਿਆ ਹੋਇਆ ਹੈ ਉਹਨੂੰ ਪੜ੍ਹਿਆ ਤੇ ਪੜ੍ਹ ਕੇ ਸਵਾਲ ਕਰਨਾ ਹੈ। ਬਾਬਾ ਕਬੀਰ ਕਹਿਣ ਲੱਗੇ, ਪੰਡਿਤ ਮੁੱਲਾ ਜੋ ਲਿਖ ਦਿਆ ਛੋਟ ਚਲੇ ਹਮ, ਪੰਡਿਤ ਮੁੱਲਾ ਜੋ ਲਿਖ ਦਿਆ ਛੋਟ ਚਲੇ ਹਮ, ਕਛੂ ਨ ਲਿਆ। ਮੈਂ ਉਹਨਾਂ ਨੂੰ ਛੱਡ ਦਿੱਤਾ, ਮੈਂ ਕਹਿੰਦੀ ਨਹੀਂ ਕਿ ਉਹਦੇ ਹੁਕਮ ਵਿੱਚ ਰਹਾਂ, ਇਕਾਗਰ ਦੀ ਉਬਰੀ ਮੈਂ ਮੰਨਣ ਲਈ ਤਿਆਰ ਨਹੀਂ। ਇਹ ਮਸ ਦੇ ਕਪਾਟ ਜਿਹੜੇ ਲੱਗੇ ਹੋਏ ਨੇ, ਦਰਵਾਜ਼ੇ ਲੱਗੇ, ਮੈਂ ਇਹਨਾਂ ਦਰਵਾਜ਼ਿਆਂ ਨੂੰ ਤੋੜਾਂਗਾ। ਮੈਂ ਤਾਂ ਬਾਹਰ ਨਿਕਲੇ ਕੇ ਆਖਾਂਗਾ, ਮੈਂ ਹੁਣ ਤੱਕ ਕੈਦ ਵਿੱਚ ਸਾਂ, ਆਓ ਤੁਸੀਂ ਵੀ ਕਰੋ ਹਿੰਮਤ। ਬਾਬਾ ਕਬੀਰ ਜੀ ਦੀ ਬਾਣੀ ਦੀ ਵਿਚਾਰ ਆਪਾਂ ਸੁਣ ਰਹੇ ਹਾਂ। ਮੇਰੇ ਨੇ ਰਾਤ ਵੀ ਮੈਂ ਗੱਲ ਕਹੀ ਸੀ, ਜੇ ਕੁਝ ਮੈਂ ਆਪਣੀ ਜ਼ਬਾਨ ਨੂੰ ਆਖਾਂ, ਬੇਸ਼ੱਕ ਛੱਡਣਾ ਮੰਨੋ। ਬਾਬਾ ਕਬੀਰ ਜੀ ਦੀ ਬਾਣੀ ਦੀ, ਜਿਹਦੇ ਅੱਗੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਕੇ ਮੱਥਾ ਟੇਕ ਰਹੇ ਹਾਂ। ਉਹ ਕਹਿੰਦੇ, ਪੰਡਿਤ ਮੁੱਲਾ ਜੋ ਲਿਖ ਦਈਆ ਛੱਡ ਚਲੇ ਹਮ, ਕਛੂ ਨਾ ਲਈਆ, ਹਮਰਾ ਝਗੜਾ ਰਹਾ ਨਾ ਕੋ। ਜੋ ਕੁਝ ਉਹਨੇ ਲਿਖਿਆ, ਮੈਂ ਉਹਦੀ ਲਿਖਤ ਨੂੰ ਪ੍ਰਵਾਨ ਨਹੀਂ ਕਰਨਾ, ਉਹ ਮੈਨੂੰ ਲਿਖਿਆ ਹੋਇਆ ਕਾਗਜ਼ ਦੀ ਉਬਰੀ ਨਜ਼ਰ ਆਉਂਦਾ ਹੈ, ਕਾਗਜ਼ ਦੀ ਜੇਲ੍ਹ। ਐਨੀ ਮਜ਼ਬੂਤ ਜੇਲ੍ਹ ਹੈ, ਉਹੀ ਕਾਗਜ਼ ਦੀ, ਵੱਡੀਆਂ ਵੱਡੀਆਂ ਜੇਲ੍ਹਾਂ ਤੋਂ ਤੋੜ ਕੇ ਲੋਕ ਨਿਕਲ ਜਾਂਦੇ ਨੇ, ਉਹ ਬਰਦਾਸ਼ਤ ਨਹੀਂ ਕਰਦੇ, ਹਾਲਾਂਕਿ ਪਾਪ ਦੇ ਪੈਰ ਭੱਜੇ ਹੋਏ ਨੇ। ਪਰ ਅਸੀਂ ਕਾਗਜ਼ ਦੀ ਉਬਰੀ, ਕਾਗਜ਼ ਦੀ ਜੇਲ੍ਹ ਵਿੱਚ ਕੈਦ ਕੀਤੇ ਹੋਏ, ਕਾਗਜ਼ ਦੀ ਜੇਲ੍ਹ ਉਹਦੇ ਤੇ ਮਸ ਦੇ ਸਿਆਹੀ ਦੇ ਨਾਲ ਕਰਮਾਂ ਦੇ ਕਪਾਟ ਲੱਗੇ ਹੋਏ ਨੇ। ਉਹ ਕਰਮ ਅਸੀਂ ਵੀ ਕਰ ਰਹੇ ਹਾਂ, ਜੋ ਕੁਝ ਉਹ ਆਖਦੇ ਨੇ ਉਹ ਕਰੀ ਜਾਣੇ ਆ, ਸਮਝਣ ਦੀ ਲੋੜ ਅਸੀਂ ਵੀ ਨਹੀਂ। ਮੈਂ ਕਹਿੰਦੀ ਹਾਂ ਨਾ, ਕੈਦੀ ਨੂੰ ਕੀ ਹੱਕ ਹੈ ਉਹ ਕੋਈ ਸਵਾਲ ਕਰੇ। ਜੇ ਸਾਨੂੰ ਕੋਈ ਆਖੇ ਅਖੰਡ ਪਾਠ ਕਰਾ ਦਿਓ, ਕਿਸ ਲਈ ਕਰਾ? ਮੈਂ ਆਮ ਰੋਜ਼ਾਨਾ ਜੀਵਨ ਦੀ ਪ੍ਰੈਕਟੀਕਲ ਤੁਹਾਡੇ ਸਾਹਮਣੇ ਤਸਵੀਰ ਰੱਖਣਾ, ਤੁਸੀਂ ਅਖੰਡ ਪਾਠ ਘਰ ਵਿੱਚ ਕਰਾਇਓ ਜਾਂ ਕਿਤੇ, ਅਤੇ ਇੱਕ ਅੱਖੀਂ ਦੇਖ ਲਿਓ। ਜਿਸ ਵੇਲੇ ਪਾਠੀ ਬੈਠਦਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਾਠ ਕਰਨ ਵਾਸਤੇ, ਦੇਖ ਲਿਓ ਸਾਹਮਣੇ ਇੱਕ ਦੀਵਾਰ 'ਤੇ ਕਲੋਕ ਲਾ ਦਿਓ ਜੀ, ਘੜੀ ਲਾ ਦਿਓ ਜੀ, ਵਾਲ ਕਲੋਕ ਲਾ ਦਿਓ ਜੀ। ਅਖੰਡ ਪਾਠ ਚੱਲ ਰਿਹਾ ਹੋਵੇ, ਪਾਠੀ ਨੂੰ ਦੱਸਣ ਦੀ ਲੋੜ ਨਹੀਂ, ਇੱਥੇ ਦੇਖ ਲਿਓ। ਪਾਠੀ ਜਦੋਂ ਬੈਠੇ ਕਰਨ, ਦੋ ਘੰਟੇ ਜਾਂ ਢਾਈ ਘੰਟੇ ਦੀ ਡਿਊਟੀ ਹੁੰਦੀ, ਪਾਠੀ ਜਦੋਂ ਬੈਠੇ ਕਰਨ, ਓਨੇ ਪੱਤਰੇ ਓਨੇ ਸਫ਼ੇ ਪਾਠ ਦੇ ਨਹੀਂ ਕਰੇਗਾ ਜਿੰਨੀ ਵਾਰ ਘੜੀ ਵੱਲ ਦੇਖੇਗਾ। ਕਿਉਂ? ਉਹ ਤਾਂ ਉਡੀਕ ਲੈ ਕਦੋਂ ਦੋ ਘੰਟੇ ਖਤਮ ਹੋਣ,
ਜਦ ਮੇਰੀ ਡਿਊਟੀ ਖਤਮ ਹੋਵੇ ਮੈਂ ਉੱਠਾਂ ਇੱਥੋਂ ਕਿੱਥੇ ਕੈਦ ਵਿੱਚ ਬੈਠਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਪਾਠ ਕਰਨ ਵਾਲਾ ਆਪਣੇ ਆਪ ਨੂੰ ਕੈਦੀ ਸਮਝ ਰਿਹਾ ਹੈ ਵਿਸ਼ਵਾਸ ਕਰਿਓ ਜਿੱਥੇ ਪਿਆਰ ਨਾ ਹੋਵੇ ਗੁਰੂ ਨੇ ਬਾਣੀ ਅੰਦਰ ਐਵੇਂ ਨਹੀਂ ਆਖ ਦਿੱਤਾ ਕਹਿਣ ਲੱਗੇ ਬੰਦਾ ਛੱਡੀ ਕੀ ਹੈ ਹਰ ਉਹ ਧਰਮ ਜਿਹਦੇ ਵਿੱਚੋਂ ਤੁਹਾਨੂੰ ਰਸ ਨਾ ਮਿਲੇ ਕੇਵਲ ਰਸਮ ਰਹਿ ਜਾਏ ਕੇਵਲ ਪਰੰਪਰਾ ਰਹਿ ਜਾਏ ਕਦੀ ਧਰਮ ਨਹੀਂ ਹੁੰਦਾ ਉਹ ਕਦੀ ਧਰਮ ਨਹੀਂ ਹੁੰਦਾ ਤੇ ਇਹ ਤੁਸੀਂ ਅੱਖੀਂ ਦੇਖ ਸਕਦੇ ਹੋ ਪ੍ਰਤਿਆ ਕੇ ਦੇਖ ਲਿਓ ਜਦੋਂ ਪਾਠੀ ਪਾਠ ਕਰੇਗਾ ਉਹ ਵਾਰ ਵਾਰ ਘੜੀ ਵੱਲ ਜਦੋਂ ਦੋ ਘੰਟੇ ਪੂਰੇ ਹੋਣ ਵਾਲੇ ਹੋਣਗੇ ਉਦੋਂ ਤਾਂ ਉਹਦਾ ਧਿਆਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਨੇ ਇਹੋ ਦਰਵਾਜ਼ੇ ਵੱਲ ਹੀ ਧਿਆਨ ਹੁੰਦਾ ਦੂਜਾ ਪਾਠੀ ਆਉਂਦਾ ਕਿ ਨਹੀਂ ਆਉਂਦਾ ਕਦੋਂ ਕਿੰਨੇ ਮਿੰਟ ਲੇਟ ਹੋ ਰਿਹਾ ਕਿਉਂ ਕਿਉਂਕਿ ਬੈਠਾ ਬੰਧਿਆ ਹੋਇਆ ਬੈਠਾ ਤੇ ਬੱਝਣਾ ਕੀ ਹੈ ਕੈਦ ਜਿਹੜਾ ਧਰਮ ਕੈਦ ਬਣ ਜਾਏ ਜਿਹੜੀ ਮਰਿਆਦਾ ਕੈਦ ਬਣ ਜਾਏ ਜਿਹੜੀ ਜੀਵਨ ਸ਼ੈਲੀ ਕੈਦ ਬਣ ਜਾਏ ਉਹਦੇ ਵਿੱਚ ਕੋਈ ਧਰਮ ਨਹੀਂ ਹੁੰਦਾ ਕੋਈ ਰਸ ਨਹੀਂ ਹੁੰਦਾ ਕੋਈ ਸਵਾਦ ਨਹੀਂ ਹੁੰਦਾ ਉਹ ਕਦੀ ਨਿਕਲਾ ਜੀਵਨ ਦਾ ਇਨਕਲਾਬ ਵੀ ਨਹੀਂ ਲਿਆ ਸਕਦੀ ਤੇ ਇਹੋ ਗੱਲ ਬਾਬਾ ਕਬੀਰ ਜੀ ਨੇ ਇਸ ਲਾਈਨ ਵਿੱਚ ਕਰ ਦਿੱਤੀ ਕਹਿਣ ਲੱਗੇ ਮੈਂ ਕੀ ਦੇਖਦਾ ਕਿ ਬ੍ਰਾਹਮਣ ਨੇ ਜਿੱਥੇ ਪੱਥਰ ਦਾ ਪਰਮੇਸ਼ਰ ਬਣਾ ਦਿੱਤਾ ਜਿੱਥੇ ਗੁਰੂ ਆਪ ਬਣ ਬੈਠਾ ਉੱਥੇ ਸਾਰੇ ਸੰਸਾਰ ਲਈ ਸਾਡੇ ਲਈ ਇੱਕ ਕਾਗਜ਼ ਦੀ ਉਭਰੀ ਮੰਨੋ ਇਹ ਵੇਦ ਸ਼ਾਸਤਰ ਮੰਨੋ ਉਹ ਗ੍ਰੰਥ ਜਿਹੜੇ ਕੇਵਲ ਕਾਗਜ਼ ਦੀ ਉਭਰੀ ਬਣ ਕੇ ਸਾਡੇ ਜੀਵਨ ਨੂੰ ਇੱਕ ਕੈਦਖਾਨੇ ਮਨ ਨੂੰ ਚਲਾ ਰਹੇ ਨੇ ਕਹਿੰਦੇ ਨੇ ਉਹ ਕਾਗਜ਼ ਦੀ ਉਭਰੀ ਬਣ ਗਿਆ ਬਾਬਾ ਕਬੀਰ ਜੀ ਕਹਿਣ ਲੱਗੇ ਇਹ ਤਿੰਨੇ ਚੀਜ਼ਾਂ ਦੀ ਦੇਣ ਜਿਹੜੀ ਹੈ ਉਹ ਬ੍ਰਹਮਣ ਦੀ ਹੈ ਕਬੀ ਕਾਗਜ਼ ਓਬਰੀ ਕਬੀ ਕਾਗਜ਼ ਓਬਰੀ ਮਸ ਸਾਡੇ ਦੁਆਲ ਜਿਵੇਂ
ਕਿਸੇ ਵੀ ਵਕਤ ਦੀ ਹਕੂਮਤ ਨੇ ਇੱਕ ਜੇਲ ਨਹੀਂ ਕਈ ਜੇਲਾਂ ਬਣਾਈਆਂ ਹੁੰਦੀਆਂ ਨੇ ਜਿੱਥੇ ਜਾ ਕੇ ਮਨੁੱਖ ਕੈਦ ਹੋਇਆ ਹੋਇਆ ਆਪਣੀ ਮਰਜ਼ੀ ਦੇ ਬੋਲ ਵੀ ਨਹੀਂ ਬੋਲ ਸਕਦਾ। ਸਾਡੀ ਵੀ ਹਾਲਤ ਇਹੋ ਹੈ। ਮੈਂ ਤਹਿਰਾਨ ਨਾ ਕੱਲ੍ਹ ਹੀ ਆ ਗਿਆ ਸੀ। ਇਹ ਕੋਬਰੀ ਥੋੜ੍ਹੋ ਬਣਿਆ। ਅੱਜ ਗ੍ਰੰਥਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਜਦੋਂ ਅਸੀਂ ਉਹ ਓਬਰੀਆਂ ਦੀ ਲਿਸਟ ਬਣਾਈਏ ਕਿ ਕਿੰਨਾ ਵਿੱਚ ਸਾਨੂੰ ਕੈਦ ਕੀਤਾ ਗਿਆ ਜਿਹਦੇ ਸਾਹਮਣੇ ਅਸੀਂ ਬੋਲੋ ਫਲਾਣੇ ਗ੍ਰੰਥ ਵਿੱਚ ਲਿਖਿਆ ਹੋਇਆ। ਅਕਾਲੀ ਵੈਬਸਾਈਟ 'ਤੇ ਆਇਆ ਹੋਇਆ ਸੀ ਉਹ ਗ੍ਰੰਥਾਂ ਦੇ ਹਿੱਸੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਵੇਖਿਆ ਨਾ ਵੀ ਹਮਲਾ ਹੋਣਾ ਹੈ ਅਨੰਦਪੁਰ ਸਾਹਿਬ 'ਤੇ ਅਤੇ ਸਮਾਨ ਇਕੱਠਾ ਕਰੀਦਾ ਵੀ ਇਸ ਕਿਲ੍ਹੇ 'ਤੇ ਹਮਲਾ ਹੋਣਾ ਅਤੇ ਬਾਹਰੋਂ ਸਮਾਨ ਕਰ ਕਿਵੇਂ ਆਏਗਾ। ਅਤੇ ਉਸ ਵੇਲੇ ਉੱਥੇ ਲਿਖਿਆ ਗੁਰੂ ਦਸਮ ਪਾਤਸ਼ਾਹ ਨੇ ਬਹੁਤ ਸਾਰੀ ਭੰਗ ਅਤੇ ਅਫੀਮ ਵੀ ਉੱਥੇ ਸਟਾਪ ਕਰ ਲਈ ਵੀ ਮੁੜ ਕੇ ਕਿੱਥੋਂ ਲਿਆਵਾਂਗੇ ਚਾਰ ਚੁਫੇਰੇ ਤਾਂ ਫੌਜਾਂ ਆ ਜਾਣੀਆਂ ਨੇ। ਬਹੁਤ ਸਾਰੀ ਅਫੀਮ ਅਤੇ ਭੰਗ ਇਕੱਠੀ ਕਰ ਲਈ। ਹੁਣ ਪਿਛਲੇ ਦਿਨਾਂ ਵਿੱਚ ਬਕਾਇਦਾ ਸਾਹਮਣੇ ਆਈ ਉਸ ਓਬਰੀ ਦੀ ਗੱਲ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਜਿਹੜੀ ਕਿਤਾਬ ਲੱਗੀ ਹੋਈ ਕੋਰਸ ਵਿੱਚ ਉਹਦੇ ਵਿੱਚ ਲਿਖਿਆ ਹੈ ਕਿ ਜਿਹੜੀ ਕਾਲੀ ਕਲਕੱਤੇ ਵਾਲੀ ਹੈ ਨਾ ਉਹ ਭਗਤਾਂ ਨੂੰ ਆਪਣੇ ਲੋਕਾਂ ਨੂੰ ਕਿਵੇਂ ਸ਼ਕਤੀ ਦਿੰਦੀ ਹੈ ਅਤੇ ਉੱਥੇ ਨਾਲ ਲਿਖਿਆ ਹੋਇਆ ਹੈ ਕਿ ਸਵਾਮੀ ਵਿਵੇਕਾਨੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਦੇ ਅਨੰਨ ਭਗਤ ਸਨ। ਬਕਾਇਦਾ ਲਿਖੀ ਹੋਈ ਮੇਰੇ ਕੋਲ ਉਹ ਪਹੁੰਚ ਗਈ ਹੈ ਲਿਖਤ ਉਹਨਾਂ ਦੀ ਉਹ ਵੀ ਵੇਖ ਸਕਦੇ ਹੋ ਅਤੇ ਸਾਰੀ ਕਾਂਗਰਸ ਦੀ ਉਭਰੀ ਹੈ ਅੱਜ ਜ਼ਿਆਦਾ ਪੈਦਾ ਹੋ ਰਹੀ ਹੈ। ਅਸੀਂ ਇਸਨੂੰ ਸਧਾਰਨ ਨਾ ਸਮਝੀਏ। ਇਹ ਕਾਗਜ਼ ਦੀ ਉਭਰੀ ਐਵੇਂ ਨਹੀਂ ਕਿਸੇ ਨੇ ਬਣਾਈ ਕਿ ਜ਼ਰੂਰ ਕਿਸੇ ਨੂੰ ਕੈਦ ਕਰਕੇ ਵਿੱਚ ਰੱਖਣਾ ਹੈ। ਜੇਲ੍ਹਾਂ ਬਣਦੀਆਂ ਨੇ ਬੇਲੋੜੀਆਂ ਨਹੀਂ ਬਣਦੀਆਂ। ਤੁਹਾਡੇ ਵਾਸਤੇ ਬੜੀਆਂ ਜੇਲ੍ਹਾਂ ਬਣੀਆਂ ਨੇ ਅਤੇ ਹੋਰ ਵੀ ਬਣ ਰਹੀਆਂ ਨੇ। ਇਹ ਕਾਗਜ਼ ਦੀ ਉਭਰੀ ਬਣਾਉਣ ਲੱਗਿਆਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਅੰਦਰ ਬੈਠਿਆਂ ਬਣ ਜਾਂਦੀਆਂ ਨੇ ਅਤੇ ਐਸੇ ਉਹਦੇ ਵਿੱਚ ਕੈਦ ਹੋਈਦਾ ਮੁੜ ਕੇ ਬਾਹਰ ਨਿਕਲਣ ਨੂੰ ਚਿੱਤ ਵੀ ਨਹੀਂ। ਸਾਨੂੰ ਉਹ ਜੇਲ੍ਹ ਚੰਗੀ ਲੱਗਣ ਲੱਗ ਪੈਂਦੀ ਹੈ। ਅੱਜ ਸਾਨੂੰ ਕੋਈ ਆ ਕੇ ਨਾ ਰਹਿਤ ਮਰਿਆਦਾ 'ਤੇ ਵਿਚਾਰ ਕਰ ਲਓ ਸੁਧਾਰ ਕਰ ਲਓ ਨਾ ਜੀ ਵਿਦਵਾਨਾਂ ਦੀ ਬਣਾਈ ਹੋਈ ਹੈ। ਇੱਥੋਂ ਤੱਕ ਮੈਂ ਤੁਹਾਡੇ ਸਾਹਮਣੇ ਉਹ ਲਿਖਤਾਂ ਰੱਖ ਸਕਣਾ ਜਿਹੜੇ ਵੀਰ ਇਹ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਪਰ ਅਸੀਂ ਹੁਕਮ ਹਰ ਇੱਕ ਉਸ ਰਹਿਤ ਮਰਿਆਦਾ ਦਾ ਬਣਨਾ ਆਪਣਾ ਜੀਵਨ ਉਹਦੇ ਮੁਤਾਬਕ। ਇਹਦਾ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵੀ ਕਰਮ ਦੱਸੇ ਨੇ ਪਰ ਨਾਲ ਸਮਝਾਇਆ ਹੈ ਜਿੰਨੀ ਕਮੀ ਨਾ ਹੈ ਗੁਣ ਅਤੇ ਕਮੜੇ ਵਿਸਾਹ ਹਰ ਇੱਕ ਕੰਮ ਇੱਕੋ ਜਿਹਾ ਨਹੀਂ ਹੁੰਦਾ। ਜੇ ਕੰਮ ਵਿੱਚੋਂ ਤੈਨੂੰ ਕੋਈ ਰਿਟਰਨ ਨਹੀਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਤੈਨੂੰ ਕੁਝ ਸਮਝ ਨਹੀਂ ਆਈ ਤੇਰਾ ਜੀਵਨ ਨਹੀਂ ਬਦਲਿਆ ਤੇ ਇਸ ਨਾਲ ਉਹ ਛੱਡ ਦੇ। ਜੇ ਤੂੰ ਬਾਣੀ ਨੂੰ ਸਮਝ ਨਹੀਂ ਸਕਦਾ ਜੇ ਤੂੰ ਬਾਣੀ 'ਤੇ ਚੱਲ ਨਹੀਂ ਸਕਦਾ ਜੇ ਤੂੰ ਬਾਣੀ ਨੂੰ ਜੀਵਨ ਦਾ ਆਧਾਰ ਨਹੀਂ ਬਣ ਸਕਦਾ। ਗੁਰੂ ਨੇ ਐਵੇਂ ਨਹੀਂ ਆਪਣੀ ਰਸਨਾ ਤੋਂ ਆਖਿਆ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਮੈਂ ਗੁਰਬਾਣੀ ਨਾਲ ਇਉਂ ਜੁੜ ਕੇ ਰਹਾਂ ਕਿ ਗੁਰਬਾਣੀ ਜਿਹੜੀ ਉਹ ਮੇਰੇ ਜੀਵਨ ਦਾ ਆਧਾਰ ਬਣ ਜਾਏ। ਜੇ ਤੂੰ ਜੀਵਨ ਦਾ ਆਧਾਰ ਨਹੀਂ ਬਣਾ ਸਕਿਆ ਕੇਵਲ ਪੜ੍ਹੀ ਹੀ ਜਾਣਾ ਹੈ ਤਾਂ ਫਿਰ ਤਾਂ ਗੁਰੂ ਆਖਦਾ ਪੜ੍ਹ ਪੜ੍ਹ ਗੱਡੀ ਲਦੀਏ ਪੜ੍ਹ ਪੜ੍ਹ ਪਾਈਏ ਸਾਥ ਪੜ੍ਹ ਪੜ੍ਹ ਬੇੜੀ ਪਾਈਏ ਪੜ੍ਹ ਪੜ੍ਹ ਗੱਡੀਏ ਖਾਦ ਪੜ੍ਹੀਏ ਜੇਤੇ ਬਰਸ ਬਰਸ ਪੜ੍ਹੀਏ ਜੇਤੇ ਮਾਸ ਪੜ੍ਹੀਏ ਜੇਤੀ ਆ ਜਾ ਪੜ੍ਹੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਖਣਾ ਚਾਹ। ਗੁਰੂ ਦਾ ਫਰਕ ਸ੍ਰੀ ਗੁਰੂ ਗ੍ਰੰਥ ਸਾਹਿਬ ਸਮਝਾਉਂਦਾ ਹੈ ਪੜ੍ਹਨਾ ਹੈ ਤਾਂ ਇਸ ਲਈ ਪੜ੍ਹਨਾ ਹੈ ਗੁਰਬਾਣੀ ਨੂੰ ਕਿ ਮੈਨੂੰ ਇੱਥੋਂ ਵਿਵੇਕ ਬੁੱਧੀ ਮਿਲੇ। ਸਤਿਗੁਰ ਨੇ ਬਾਣੀ ਵਿੱਚ ਕਰਕੇ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣ ਸੁਣੀਏ ਪੜ੍ਹੇ ਸੁਣੀ ਕਿਆ ਹੋਈ ਜੋ ਸਹਿਜ ਨੂੰ ਮਿਲਿਓ ਸੋਈ। ਇਸ ਲਈ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਕੈਦ ਨਹੀਂ ਜਿਹਦੇ ਵਿੱਚ ਕੈਦੀ ਨੂੰ ਸਵਾਲ ਕਰਨ ਦਾ ਹੱਕ ਹੀ ਨਾ ਹੋਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੇਰੀ ਗਲਵੱਕੜੀ ਵਿੱਚ ਆ, ਇੱਥੇ ਜੋ ਕੁਝ ਤੈਨੂੰ ਸਮਝ ਨਾ ਆਵੇ ਉਹ ਸਮਝਾਵਾਂਗਾ। ਬਹੁਤ ਦੇਰ ਹੋਈ ਮੈਂ ਇੱਕ ਲਫ਼ਜ਼ ਕਹਿ ਸਕਦਾ, ਸਾਧੂ ਨੇ ਬਾਣੀ ਵਿੱਚ ਆਖਿਆ, ਆਪ ਹੀ ਨੇ ਭੋਗ ਭੋਗ ਕੇ ਹੋਏ ਪਸਮਣ ਪੌੜ ਸਿਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਇੱਥੇ ਵੀ ਗੱਲ ਸੰਗਲ ਪਏ ਪਰ ਅੱਗੇ ਕਰਨੀ ਕੀਰਤ ਵਾਚੀਏ, ਬਹਿ ਲੇਖਾ ਕਰ ਸਮਝਾਇਆ। ਜਿਹਨੂੰ ਕੈਦ ਵੀ ਕੀਤਾ ਉਹਨੂੰ ਆਖਿਆ ਤੈਨੂੰ ਇਹਨੇ ਹੱਕ ਦੇਣਾ ਕਿ ਮੇਰੇ ਕੋਲ ਸਮਝ ਲੈ ਤੂੰ ਪਾਪ ਕੀ ਪੁੰਨ ਕੀ, ਪਾਪ ਕੀ ਪੁੰਨ ਕੀ ਹੈ। ਗੁਰੂ ਹਰ ਗੱਲ ਸਮਝਾਉਂਦਾ, ਅਨਿਆਇ ਨਹੀਂ ਹੁੰਦਾ ਜੇ ਸਮਝਾਈਏ ਤਾਂ। ਅਨਿਆਇ ਤਾਂ ਉਦੋਂ ਹੁੰਦਾ ਜਦੋਂ ਆਖੇ ਤੇਰੀ ਤੈਨੂੰ ਕੋਈ ਹੱਕ ਨਹੀਂ, ਤੂੰ ਸਵਾਲ ਵੀ ਨਹੀਂ ਕਰ ਸਕਦਾ, ਤੂੰ ਤਬਦੀਲ ਵੀ ਨਹੀਂ ਕਰ ਸਕਦਾ, ਤੇਰੇ ਕੋਲ ਕੋਈ ਹੱਕ ਨਹੀਂ, ਤੂੰ ਜੀਵਨ ਦਾ ਸੁਧਾਰ ਵੀ ਨਹੀਂ, ਬਸ ਜੋ ਕੁਝ ਲਿਖਿਆ ਕਰੀ ਜਾ। ਉਹ ਹੈ ਬ੍ਰਹਮਣ ਦੀ ਪੈਦਾ ਕੀਤੀ ਹੋਈ ਮਨ ਨੂੰ ਸਿਮਰਤੀ ਦੀ ਜੇਲ, ਉਹ ਹੈ ਇੱਕ ਐਸੀ ਜੇਲ ਜਿਹਦੇ ਬਾਰੇ ਪੁੱਛਣ ਦੀ ਲੋੜ ਆ। ਬੇਟਾ ਬੈਠਾ ਮੈਨੂੰ ਸੁਣਾ ਰਿਹਾ ਸੀ ਰਾਤ ਦੀ ਗੱਲ, ਅਤੇ ਮੈਨੂੰ ਇਹਨੇ ਸਵਾਲ ਕੀਤਾ, ਮੈਨੂੰ ਜਵਾਬ ਦਿੱਤਾ। ਜੋਬਨ ਸਿੰਘ ਬੈਠਾ ਰਾਤ ਕਿਸੇ ਵਿਵਾਹ ਕਾਰਜ ਵਿੱਚ ਸ਼ਾਮਲ ਹੋਇਆ, ਬੱਚੇ ਪੜ੍ਹਦੇ ਨੇ ਇਸਲਾਮ ਵਿੱਚੋਂ ਜਾਣਾ ਚਾਹੀਦਾ ਸੀ, ਕੋਈ ਹਰਸ ਨਹੀਂ ਕਿਹਾ, ਅਤੇ ਮਨ ਵਿੱਚ ਖਿਆਲ ਆਇਆ, ਸਵਾਲ ਹੋਇਆ। ਸਵਾਲ ਕਰਦੇ ਕਹਿੰਦੇ ਜੀ ਮੈਂ ਅਜੀਬ ਗੱਲ ਵੇਖੀ, ਇਹ ਹੁਣੇ ਨੇ ਸਵਾਲ ਇੱਥੇ ਆਉਣ ਥੱਲੇ ਉੱਤਣ ਤੋਂ ਪਹਿਲਾਂ ਦੀ ਗੱਲ ਹੈ, ਕਹਿੰਦੇ ਮੈਂ ਅਜੀਬ ਗੱਲ ਵੇਖੀ ਕਿ ਉੱਥੇ ਲੜਕੀ ਨੂੰ ਉੱਪਰ ਬਿਠਾ ਦਿੱਤਾ ਲੜਕੇ ਨੂੰ ਥੱਲੇ, ਅਤੇ ਕਾਜ਼ੀ ਆ ਕੇ ਉਹਨਾਂ ਕੋਲੋਂ ਵੱਖਰਾ ਪੁੱਛਦਾ ਹੈ, ਉਹਨਾਂ ਕੋਲੋਂ ਵੱਖਰਾ ਪੁੱਛਦਾ ਹੈ ਬੇਟੀ ਕਰੋ ਕਿ ਤੈਨੂੰ ਪਰਵਾਹ ਨਾ, ਉਹਦੇ ਕੋਲ ਵੱਖਰਾ ਪੁੱਛਦਾ ਹੈ ਕਿਉਂ ਮੈਂ ਕੀ ਮਤਲਬ ਇਹ ਸਵਾਲ ਕੀਤਾ ਸੀ। ਮੈਂ ਸੰਖੇਪ ਵਿੱਚ ਆਖਿਆ, ਮੈਂ ਆਖਿਆ ਉਹ ਇਸ ਲਈ ਕਿਉਂਕਿ ਉਹਨਾਂ ਨੇ ਹੱਕ ਖੋ ਲਏ ਸਨ, ਤੂੰ ਵੇਖ ਨਹੀਂ ਸਕਦੀ ਉਨੀ ਦੇਰ ਜਿੰਨੀ ਦੇਰ ਇਹ ਫੈਸਲਾ ਨਾ ਕਰ ਲਵੇ ਕਿ ਮੈਨੂੰ ਪਰਵਾਹ ਨਾ, ਤੂੰ ਵੇਖ ਨਹੀਂ ਸਕਦਾ ਬੱਚੀ ਨੂੰ ਜਿੰਨੀ ਦੇਰ ਤੂੰ ਇਹ ਫੈਸਲਾ ਸਾਡੇ ਨਾਲ ਵਾਅਦਾ ਨਾ ਕਰੇ, ਪ੍ਰੋਮਿਸ ਨਾ ਕਰੇ ਕਿ ਤੈਨੂੰ ਪਰਵਾਹ ਨਾ, ਤੇਰੇ ਕੋਲ ਇਹਦਾ ਮਤਲਬ ਤੈਨੂੰ ਕਿਸੇ ਦੇ ਫੈਸਲੇ ਨੂੰ ਪ੍ਰਵਾਨ ਕਰਨ ਦਾ ਕਾਬੂ ਸਿਰਫ ਕੇਵਲ ਹੱਕ ਹੈ, ਤੈਨੂੰ ਉਸ ਫੈਸਲੇ ਨੂੰ ਜਾਣਨ ਦੀ ਲੋੜ ਨਹੀਂ। ਪਰ ਗੁਰੂ ਤਾਂ ਆਖਦਾ ਆਪਣੀ ਰਸਨਾ ਤੂੰ ਇੱਕ ਜੋਤ ਦੋ ਮੂਰਤੀ ਧੰਨ ਫਿਰ ਕਹੀ ਸੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਨੂੰ ਪਛਾਣਨਾ ਹੈ ਕਿ ਇਹਨੂੰ ਕਾਗਜ਼ ਦੇ ਓਬਰੇ ਨਹੀਂ ਆਖਦੇ। ਕਈ ਲੋਕ ਸਮਝਦੇ ਲੋਕ ਜੀ ਉਹਨੂੰ, ਅਤੇ ਇਹ ਵੀ ਤਾਂ ਕਾਗਜ਼ ਦਾ ਲੋਹ ਭਰਿਆ, ਇਹਦੇ ਵਿੱਚ ਜਿਹੜਾ ਸ਼ਬਦ ਹੈ ਉਹ ਸਪਸ਼ਟ ਕਹਿੰਦਾ ਹੈ ਜਿੰਨੀ ਕਮੀ ਨਾਹੇ ਗੁਣ ਅਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਵੈ ਸਾਈਂ ਦੇ ਦਰਬਾਰ। ਇੱਥੇ ਜੀਵਨ ਜਿਉਣਾ ਸਿਖਾਇਆ ਜਾਂਦਾ ਹੈ, ਇਹ ਨਹੀਂ ਆਖਿਆ ਜਾਂਦਾ ਕਿ ਜੋ ਮੈਂ ਤੈਨੂੰ ਹੁਕਮ ਕਰਾਂ ਉਸੇ ਤਰ੍ਹਾਂ ਜੀ। ਉਹ ਕਹਿੰਦਾ ਸਿਮਰਤੀਆਂ ਨੇ ਕੈਦ ਕੀਤਾ ਹੈ, ਪਰ ਗੁਰੂ ਕੈਦ ਨਹੀਂ ਕਰਦਾ, ਗੁਰੂ ਇੱਕ ਹੱਕ ਦਿੰਦਾ ਹੈ ਉਹ ਕਿ ਸਮਝ। ਉਹ ਕਹਿੰਦਾ ਧਰਮ ਹੀ ਉਹ ਹੈ ਜਿਹੜਾ ਗਿਆਨ ਤੋਂ ਸ਼ੁਰੂ ਹੋਵੇ, ਧਰਮ ਹੀ ਉਹ ਹੈ ਜਿਹਦੇ 'ਚ ਵਿਵੇਕ ਬੁੱਧੀ ਮਿਲੇ, ਜਾਂ ਗਿਆਨ ਤਾਂ ਧਰਮ ਹੈ ਜਾਂ ਝੂਠ ਤਾਂ ਪਾਪ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਜੀਵਨ ਦੀ ਜ਼ਰਖੇਜ਼ਤਾ ਦਾ ਇੱਕ ਸਾਧਨ ਹੈ, ਇਹ ਕਾਗਜ਼ ਦੀ ਉਬਰੀ ਨਹੀਂ। ਬਾਬਾ ਕਬੀਰ ਕਹਿੰਦੇ ਨੇ ਮੈਂ ਕਾਗਜ਼ ਦੀ ਉਬਰੀ ਨੂੰ ਤਿਆਗ ਦਿੱਤਾ ਹੈ, ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲਈਏ, ਕਿਉਂਕਿ ਮੈਂ ਕਾਗਜ਼ ਦੀ ਉਬਰੀ ਦਾ ਕੈਦੀ ਨਹੀਂ ਰਹਿਣਾ ਚਾਹੁੰਦਾ। ਇਹਨਾਂ ਸ਼ਬਦਾਂ ਦਾ ਮੰਦਰ ਚਾਚਿਕਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।